ਸਤਿਗੁਰੂ ਜੀ ਦਿਲਪ੍ਰੀਤ ਸਿੰਘ ਅੱਜ ਸਾਡਾ ਦਿਲਪ੍ਰੀਤ ਸਿੰਘ ਦਾ ਸਾਊਥ ਕੋਰੀਆ ਦਾ ਡੀਫਰ ਵੀਜ਼ਾ ਹੈ ਇਹਨਾਂ ਨੂੰ ਹੈਂਡ ਓਵਰ ਕਰਦੇ ਹਾਂ ਅਤੇ ਕੀ ਇਹਨਾਂ ਦੀ ਪ੍ਰੋਫਾਈਲ ਸੀ ਅਤੇ ਕਿੰਨਾ ਟਾਈਮ ਲੱਗਿਆ ਅਤੇ ਕੀ ਪ੍ਰੋਸੈਸ ਹੈ ਸਾਊਥ ਕੋਰੀਆ ਦਾ ਸਾਰਾ ਕੁਛ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਅਸੀਂ ਐਕਸਪਲੇਨ ਕਰ ਹਾਂਜੀ ਸਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਕੀ ਤੁਹਾਡੀ ਪ੍ਰੋਫਾਈਲ ਸੀ ਤੇ ਕਦੋਂ ਤੁਸੀਂ ਸਾਡੇ ਕੋਲ ਵਿਜ਼ਿਟ ਕੀਤਾ ਤੇ ਕਿੰਨਾ ਟਾਈਮ ਲੱਗਿਆ ਇਸ ਚੀਜ਼ 2022 ਪਾਸ ਆਊਟ ਆ ਸੀ ਸੈਂਟਰੀ ਕੀਤੀ ਹੋਈ ਹੈ ਮੇਰੀ ਠੀਕ ਹੈ ਜੀ ਤੇ ਆਫਟਰ ਦੈਟ ਮੇਰੀ ਆਇਲਸ ਕੀਤੀ ਹੋਈ ਹੈ 6 ਮਹੀਨੇ ਉਸ ਤੋਂ ਬਾਅਦ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਕੈਨੇਡਾ ਦਾ ਪਹਿਲਾਂ ਸੋਚ ਰਿਹਾ ਸੀਗਾ ਕਿਸੇ ਏਜੰਟ ਤੋਂ ਆਫਰ ਲੈਟਰ ਵੀ ਮੰਗਵਾਈ ਸੀ ਠੀਕ ਹੈ ਜੀ ਵੈਸਟ ਯੂਨੀਵਰਸਿਟੀ ਦੀ ਪਰ ਬਾਅਦ ਚ ਮੈਨੂੰ ਉਹ ਐਕਸਪੈਂਸਿਵ ਲੱਗਿਆ ਤੇ ਮੈਨੂੰ ਕੋਈ ਸਕੋਪ ਨਹੀਂ ਲੱਗਿਆ ਉਸ ਤੋਂ ਬਾਅਦ ਫਿਰ ਮੈਂ ਫਦਰ ਰਿਸਰਚ ਮੈਂ ਕੋਰੀਆ ਦਾ ਪੜ੍ਹਿਆ ਮੈਨੂੰ ਕਾਫੀ ਵਧੀਆ ਲੱਗਿਆ ਫਿਰ ਉਸ ਤੋਂ ਬਾਅਦ ਮੈਂ ਵੀ ਤੁਹਾਡਾ ਕੈਨੇਡਾ ਦਾ ਐਡਮਿਸ਼ਨ ਲੈਟਰ ਆਇਆ ਹੋਇਆ ਸੀ ਹਾਂਜੀ ਹੈ ਨਾ ਦੈਨ ਤੁਸੀਂ ਟਿਊਸ਼ਨ ਫੀਸ ਨਹੀਂ ਪੇ ਕੀਤੀ ਨਹੀਂ ਕਿਉਂਕਿ ਆਪਾਂ ਨੂੰ ਹਰ ਇੱਕ ਨੂੰ ਪਤਾ ਹੈ ਕਿ ਜਿਹੜਾ ਕੈਨੇਡਾ ਦਾ ਖਰਚਾ ਹੈ ਘੱਟੋ ਘੱਟ ਉਹ ਨਹੀਂ ਕਰਦੇ ਕਰਦੇ 15 ਲੱਖ ਤੱਕ ਪਹੁੰਚ ਜਾਂਦਾ ਆਪਾਂ ਫੀਸ ਨਹੀਂ ਪੇ ਕੀਤੀ ਦੈਨ ਤੁਸੀਂ ਸਰਚ ਕੀਤਾ ਕੰਟਰੀ ਵਾਰ ਜਿਹੜੀ ਕਿ ਤੁਹਾਨੂੰ ਵਧੀਆ ਲੱਗੀ ਸਾਊਥ ਕੋਰੀਆ ਠੀਕ ਹੈ ਬਟ ਉਸ ਤੋਂ ਪਹਿਲਾਂ ਆਈ ਥਿੰਕ 2 ਮੰਥ ਪਹਿਲਾਂ ਸਰ ਤੁਸੀਂ ਵੀ ਸਾਡੇ ਕੋਲ ਵਿਜ਼ਿਟ ਕਰੇ ਸੀ ਤੇ ਉਦੋਂ ਤੁਹਾਡੇ ਨਾਲ ਸਾਡੀ ਕਿਹੜੀ ਕੰਟਰੀ ਬਾਰੇ ਗੱਲ ਹੋਈ ਸੀ ਸਭ ਤੋਂ ਪਹਿਲਾਂ ਬਹੁਤ ਹਾਂਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬਹੁਤ ਮੁਬਾਰਕਾਂ ਵੀਰ ਜੀ ਮੈਂ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਜੀ ਤੁਹਾਡੀ ਸਾਰੀ ਟੀਮ ਦਾ ਭਾਈ ਹਰਜਿੰਦਰ ਸਿੰਘ ਤੁਹਾਡੀ ਵਾਈਫ ਬੇਟੀ ਵੀਰਪਾਲ ਕੌਰ ਤੇ ਸਮੂਹ ਸਟਾਫ ਦਾ ਜੀ ਜੋ ਕਿ ਸਾਨੂੰ ਤੁਸੀਂ ਬਹੁਤ ਵਧੀਆ ਗਾਈਡ ਕੀਤਾ ਤੇ ਹਰ ਇੱਕ ਚੀਜ਼ ਸਾਨੂੰ ਸਮਝਾਉਂਦੇ ਰਹੀ ਮੈਨੂੰ ਵੀ ਮੇਰੇ ਬੇਟੇ ਨੂੰ ਵੀ ਤੇ ਵਿਜੇ ਸਾਨੂੰ ਮਿਲ ਗਿਆ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਹੈ ਅਕਾਲ ਪੁਰਖ ਦਾ ਧੰਨਵਾਦ ਹੈ ਜੀ ਉਸ ਤੋਂ ਬਾਅਦ ਗੱਲ ਇਹ ਹੈ ਵੀ ਮੈਂ 2-3 ਮਹੀਨੇ ਪਹਿਲਾਂ ਤੁਹਾਡੇ ਕੋਲ ਆਇਆ ਸੀਗਾ ਬੇਟੇ ਨੇ ਅਪਲਾਈ ਕੀਤਾ ਸੀ ਕੈਨੇਡਾ ਦਾ ਪਰ ਕਾਫੀ ਮਹਿੰਗੀ ਫੀਸ ਪੈ ਰਹੀ ਸੀਗੀ ਇਸ ਕਰਕੇ ਫਿਰ ਤੁਹਾਡੇ ਕੋਲ ਆਏ ਤੁਹਾਡੇ ਤੋਂ ਗਾਈਡਿੰਗ ਲਿੱਤੀ ਅਸੀਂ ਵੀ ਸਾਨੂੰ ਦੱਸਿਆ ਸਾਊਥ ਕੋਰੀਆ ਬਾਰੇ ਫਿਰ ਅਸੀਂ ਉਹਦੇ ਵਿੱਚ ਸਰਚ ਕੀਤੀ ਸਾਨੂੰ ਵਧੀਆ ਲੱਗਿਆ ਉੱਥੋਂ ਦਾ ਵੀ ਬਜਟ ਦੇ ਵਿੱਚ ਫੀਸ ਹੈਗੀ ਹੈ ਅਤੇ ਫਿਊਚਰ ਵੀ ਚੰਗਾ ਬੱਚੇ ਦਾ ਉੱਥੇ ਕੋਈ ਸਟੂਡੈਂਟ ਜਾਂਦਾ ਤਾ ਅਤੇ ਇਸ ਤਰ੍ਹਾਂ 2 ਮਹੀਨੇ ਪਹਿਲਾਂ ਤੁਸੀਂ ਅਪਲਾਈ ਕੀਤਾ ਸੀ ਤੁਹਾਡੇ ਕੋਲ ਠੀਕ ਹੈ ਜੀ ਹਾਂਜੀ ਜਦੋਂ ਤੁਸੀਂ ਅਪਲਾਈ ਕੀਤਾ ਸਾਊਥ ਕੋਰੀਆ ਲਈ ਕੀ ਤੁਹਾਡੀ ਯੂਨੀਵਰਸਿਟੀ ਦੇ ਵੱਲੋਂ ਕੋਈ ਇੰਟਰਵਿਊ ਆਈ ਸੀ ਨਹੀਂ ਕੋਈ ਨਹੀਂ ਆਈ ਅਤੇ ਕੋਈ ਇੰਟਰਵਿਊ ਨਹੀਂ ਆਈ ਕੋਈ ਇੰਟਰਵਿਊ ਨਹੀਂ ਕੋਈ ਇਗਜ਼ਾਮ ਨਹੀਂ ਅਤੇ ਜਦੋਂ ਤੁਹਾਡੀ ਫਾਈਲ ਸਬਮਿਟ ਹੋਈ ਹੈ ਅੰਬੈਸੀ ਦੇ ਵਿੱਚ ਉਦੋਂ ਕਿਸੇ ਤਰ੍ਹਾਂ ਦੀ ਕੋਈ ਇੰਟਰਵਿਊ ਹੋਈ ਸੀ ਨਹੀਂ ਕੋਈ ਨਹੀਂ ਹੁਣ ਸਭ ਤੋਂ ਪਹਿਲਾਂ ਮੈਂ ਮੇਨ ਚੀਜ਼ ਇਹ ਦੱਸਣਾ ਚਾਹੁੰਦਾ ਜਿਵੇਂ ਕਿ ਇਹਨਾਂ ਨੇ ਆਈਲੈਟਸ ਕੀਤੀ ਹੋਈ ਹੈ ਆਈਲੈਟਸ ਤਾਂ ਕੀਤੀ ਹੈ ਕਿਉਂਕਿ ਕੈਨੇਡਾ ਦੀ ਫਾਈਲ ਲਗਾਈ ਸੀ ਪਰ ਕਈਆਂ ਨੂੰ ਕੀ ਹੈ ਭੂਤ ਸਵਾਰ ਹੈ ਜਾਣਾ ਹੀ ਕੈਨੇਡਾ ਹੈ ਜਾਣਾ ਹੀ ਆਸਟ੍ਰੇਲੀਆ ਮੈਂ ਇਹ ਨਹੀਂ ਕਹਿੰਦਾ ਕਿ ਕੈਨੇਡਾ ਨਾ ਜਾਓ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਤੁਸੀਂ ਕੰਟਰੀ ਜ਼ਰੂਰ ਸਰਚ ਕਰੋ ਕਿ ਕਿਹੜੀ ਕੰਟਰੀ ਦੇ ਵਿੱਚ ਤੁਸੀਂ ਚੰਗੀ ਇਨਕਮ ਕਰ ਸਕਦੇ ਹੋ ਕਿਹੜੀ ਕੰਟਰੀ ਦੇ ਵਿੱਚ ਤੁਸੀਂ ਈਜ਼ੀਲੀ ਸੈਟਲਮੈਂਟ ਹੋ ਸਕਦੇ ਹੋ ਦੇਖੋ ਜਿਵੇਂ ਇਹਨਾਂ ਨੇ ਆਈਲੈਟਸ ਕੀਤੀ ਹੈ ਜਿਨ੍ਹਾਂ ਕੈਂਡੀਡੇਟਸ ਨੇ ਵਿਦਆਊਟ ਆਈਲੈਟਸ ਅਪਲਾਈ ਕਰਨਾ ਕਿਉਂਕਿ ਇਹ ਅਸੀਂ ਅਪਲਾਈ ਕੀਤਾ ਡੀ ਫੋਰ ਵੀਜ਼ਾ ਡੀ ਫੋਰ ਵੀਜ਼ਾ ਹੁੰਦਾ ਲੈਂਗੁਏਜ ਵੀਜ਼ਾ ਜਿਹੜਾ ਕਿ ਇਹਨਾਂ ਨੂੰ 1 ਸਾਲ ਲੈਂਗੁਏਜ ਵੀਜ਼ੇ ਦੇ ਵਿੱਚ ਸਟੱਡੀ ਮਿਲੂਗੀ ਦੈਨ D2 ਦੇ ਵਿੱਚ ਅੱਗੇ ਜਾ ਕੇ ਆਫਟਰ 1 ਈਅਰ ਕਨਵਰਟ ਹੋਊਗਾ ਵਿਦਆਊਟ ਆਈਲੈਟਸ ਅਪਲਾਈ ਕਰ ਸਕਦੇ ਹੋ ਦੂਜੀ ਚੀਜ਼ ਇਸ ਦੇ ਵਿੱਚ ਮੇਨ ਚੀਜ਼ ਆਉਂਦੀ ਹੈ ਫੰਡ ਤੁਸੀਂ ਸਰ ਫੰਡ ਕਿੰਨਾ ਸ਼ੋ ਕੀਤਾ ਅਸੀਂ 10.25 ਲੱਖ ਰੁਪਇਆ ਸ਼ੋ ਕੀਤਾ ਜੀ 10 ਲੱਖ 24 ਹਜ਼ਾਰ ਤੇ ਉਹ ਤੁਹਾਡਾ ਫਰੈਸ਼ ਸੀ ਜਾਂ ਪੁਰਾਣਾ ਸੀ ਕੁਛ ਪੁਰਾਣਾ ਪਿਆ ਜੀ ਕੁਛ ਨਵਾਂ ਪਿਆ ਸੀ ਫਰੈਸ਼ ਜੀ ਠੀਕ ਹੈ ਵੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਕੋਲ ਇਸ ਟਾਈਮ ਬੈਲੈਂਸ ਅਕਾਊਂਟ ਵਿੱਚ ਨਹੀਂ ਹੈਗਾ ਤੁਸੀਂ ਆਪਣਾ ਮਤਲਬ ਕਿ ਅਕਾਊਂਟ ਦੇ ਵਿੱਚ ਚੈੱਕ ਥਰੂ ਜਾਂ ਆਨਲਾਈਨ ਟ੍ਰਾਂਜੈਕਸ਼ਨ ਕਰ ਸਕਦੇ ਹੋ ਨੀਅਰ ਅਬਾਊਟ 9-10 ਲੱਖ ਰੁਪਈਆ ਫੰਡ ਚਾਹੀਦਾ ਦੈਨ ਤੁਸੀਂ ਸਾਊਥ ਕੋਰੀਆ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਇਸ ਦੇ ਨਾਲ ਨਾਲ ਇਕੱਲਾ ਫੰਡ ਨਹੀਂ ਆਪਾਂ ਨੂੰ ਡਾਕੂਮੈਂਟ ਹੋਰ ਵੀ ਚਾਹੀਦੇ ਨੇ ਜਿਵੇਂ ਕਿ ਜੀ ਤੁਸੀਂ ਆਪਣੇ ਡਾਕੂਮੈਂਟ ਹੋਰ ਆਪਾਂ ਕਿਹੜੇ ਡਾਕੂਮੈਂਟ ਅਰੇਂਜ ਕੀਤੇ ਸੀ ਤਾਂ ਜੀ ਮੈਂ ITR ਲਗਾਈ ਸੀ 2 ਸਾਲ ਦੀ ਆਪਣੇ ਇੱਕ MSME ਦਾ ਸਰਟੀਫਿਕੇਟ ਲਗਾਇਆ ਸੀਗਾ ਉਹਦੇ ਹੁੰਦਾ ਕਰਕੇ ਠੀਕ ਹੈ ਜੀ ਕੁਝ ਹੋਰ ਕਾਗਜ਼ ਪੱਤਰ ਜਿਹੜੇ ਹੁੰਦੇ ਡਾਕੂਮੈਂਟ ਜੀ ਹੋਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਹਰਾਸ਼ਮੈਂਟ ਜਾਂ ਕੋਈ ਟਾਈਮ ਵੇਸਟ ਜਾਂ ਕੋਈ ਕਿਸੇ ਵੀ ਤਰ੍ਹਾਂ ਕੋਈ ਯੂਨੀਵਰਸਿਟੀ ਵੱਲੋਂ ਜਾਂ ਕੋਰੀਆ ਬਾਰੇ ਨਹੀਂ ਸਾਨੂੰ ਤੁਸੀਂ ਜੀ ਦੱਸਿਆ ਸੀਗਾ ਵੀ 2-2.5 ਮਹੀਨੇ ਲੱਗਦੇ ਇਸ ਪ੍ਰੋਸੀਜਰ ਨੂੰ ਸਾਰੇ ਨੂੰ ਤੇ ਤਕਰੀਬਨ 1.5 ਮਹੀਨੇ ਚ ਸਾਨੂੰ ਵੀਜ਼ਾ ਮਿਲ ਜਾਂਦਾ ਜੀ ਆਰਾਮ ਦੇ ਨਾਲ ਹੀ
कोई भी सानू तकलीफ नहीं आई, जो कुछ भी सीगा तुसीं दस्सिया उसे तरह ही होंदा रहा सब कुछ ही। समय समय से सानू तुसीं सारा गाइड करदे रहे हो, तुहाडा स्टाफ सारा जिन्ना भी सीगा, ते बड़ी सोहणी सानू सहूलत मिली है जी, कोई जी औखे नहीं हो जावां। कई बार होर एजेंट औखे कर देंदे कई बार, पर सानू तुहाडे कोल आके जमा घर वाली गल फील हुई भी जिवें घर ही बैठे सी आप दे। सानू घरे बैठे तुसीं दस रहे सी वी आह तुहाडा हुण जी आह कागज लग गए ने, आह कागज लग गए ने तुहाडे, हुण फीस भरी गई है। इतों तक कि सानू तुसीं अंबैसी भी सानू तुसीं आप खुद सानू भेजे भी तुसीं आप सबमिट करा के आओ अपने हाथी जाके, इस गल की सानू बहुत खुशी है इस चीज़ की। ठीक है जी, हुण जदों अपनी फाइल आप अपलाई कर रहे सी, थोड़ी कोई किसी तरह की कोई एप्लीकेशन फीस आई सी पहला? पहला नहीं आई जी। दैन अपनी सीधी इनवॉइस आई सी एप्लीकेशन फीस पे की? हाँ जी हाँ जी, इनवॉइस पहला। ते ओह तुसीं सानू दित्ती सी जां डायरेक्ट बैंक विच पे कीती? डायरेक्ट बैंक च भेजी। सो जिहड़ी भी ट्यूशन फीस आऊगी वह किसी भी एजेंट नूं नहीं देनी? कई बार की कहते जी तुसीं फीस पे कर दो, असीं फीस नहीं पे कर सकते। असीं इसी गल्लों थोड़ी शलांघा करते हैं जी, सानू तुसीं साढ़े तो तुसीं नहीं बड़े पैसे, सानू सीधा तुसीं बैंक च भेजे, अपने अकाउंट असीं कॉलेज का अकाउंट यूनिवर्सिटी का अकाउंट पैसे पाए ने, इस गल की सानू पूरी तसली सी चीज़। तो कितनी फीस आई सी डायरेक्ट जी अपनी? साड़ी सी 387,000 रुपया। तो एक साल की फीस सी? एक साल की फीस है, बिच जी रजिस्ट्रेशन फीस सी, बिच 6 महीने का बीमा सी। ठीक है जी, चलो जो अपनी फीस पे होगी दैन अपना एडमिशन लैटर आ गया। एडमिशन लैटर तो बाद जो तुम अंबैसी में गए, कि आप अंबैसी की किसी तरह की कोई अपॉइंटमेंट बुक की थी? नहीं जी, कल भी जा सकते हैं आप डायरेक्ट जा सकते हैं। हुण इस दे नाल नाल आप जी मेन चीज है जी दसना चाहते हैं कि तुहानू पता है कि जो अपनी फाइल लगती है एक मैडिकल डॉक्यूमेंट बनता है जी, अपना मैडिकल लगता है जी जी। वह मैडिकल दे विच हर एक कैंडीडेट कन्फ्यूज होंदा है कि केड़ा आपां सैंपल करवाउणा है, तुसीं करवाया, तुसीं माड़ा जिहा प्लीज विस्तार नाल दसो तां जो हर एक ने करवाउणा उस चीज़ नूं पता लग सके। असीं मैडिकल टैस्ट बारे तुहाडे तों रिपोर्ट लिती सी, सानूं कढ़ के दित्ती सी रिपोर्ट भी उत्थे किहड़े किहड़े टैस्ट एलिजिबल ने। हाँ जी, जिहड़े अंबैसी वल्लों ने उहदे विच लिखिआ जी तुसीं स्किन दा टीबी दा टैस्ट होंदा असल दे विच सोलपोलिया वास्ते, ते टीबी दे टैस्ट विच स्किन दा टैस्ट जां स्पूटम दा जां ब्लड दा ਜਾਂ ਐਕਸਰੇ ਇਹਨਾਂ ਸਾਰਿਆਂ ਵਿੱਚ ਤੁਸੀਂ ਇੱਕ ਕਰਾ ਸਕਦੇ ਹੋ ਕੋਈ ਵੀ, ਇਹ ਸਾਰੇ ਐਲੀਜੀਬਲ ਨੇ ਜੀ, ਸਾਰਿਆਂ ਦੇ ਵਿੱਚ ਇੱਕ ਕਰਾ ਸਕਦੇ ਹੋ ਕੋਈ ਵੀ। ਠੀਕ ਹੈ, ਹਾਂਜੀ, ਅਸੀਂ ਸਪੂਟਮ ਦਾ ਕਰਾਇਆ ਸੀਗਾ। ਅਤੇ ਤੁਸੀਂ ਕਿਹੜੀ ਇਹ ਕਿਹੜੀ ਲੈਬ ਦੇ ਵਿੱਚ ਕਰਵਾਇਆ ਸੀ ਜੀ? ਇਹ ਜੀ 3-4 ਲੈਬਾਂ ਲਿਖੀਆਂ ਹੋਈਆਂ ਲਿਸਟ ਦੇ ਵਿੱਚ, ਇੱਕ ਲਾਲ ਪੈਥ ਲੈਬ ਹੈ ਜੀ, ਇੱਕ ਰੈੱਡ ਕਲੀਫ ਹੈ, ਅਸੀਂ ਰੈੱਡ ਕਲੀਫ ਵਾਲਿਆਂ ਤੋਂ ਕਰਾਇਆ ਸੀ। ਠੀਕ ਹੈ, ਅਤੇ ਕਿੰਨਾ ਟਾਈਮ ਲੱਗ ਗਿਆ ਸੀ ਅਤੇ ਕਿੰਨੀ ਇਹਦੇ ਖਰਚਾ ਆ ਗਿਆ ਸੀਗਾ? ਇਹ ਜੀ ਕੋਈ ਖਰਚਾ ਨਹੀਂ ਜੀ, ਮਤਲਬ ਕਿ 250-300 ਰੁਪਏ ਦਾ ਖਰਚਾ ਸਾਰਾ। ਤੇ ਸੁਬਹਾ ਤੁਸੀਂ ਨਿਰਣੇ ਕਾਲਜ ਦੇ ਕੇ ਆਓ, ਮਤਲਬ ਬਲਗਮ ਦਾ ਟੈਸਟ ਉਹ ਡੱਬੀ ਦੇ ਦਿੰਦੇ ਆ, ਤੇ ਉਹਦੇ ਨਿਰਣੇ ਕਾਲਜ ਜਿਹੜੇ ਬਲਗਮ ਆਉਂਦੀ ਉਹ ਤੁਹਾਨੂੰ ਦੇ ਆਓ ਜੀ, ਦੁਪਹਿਰ ਨੂੰ 2-2:30 ਵਜੇ ਟੈਸਟ ਰਿਪੋਰਟ ਮਿਲ ਜਾਂਦੀ। ਜਦੋਂ ਆਪਣਾ ਇਹ ਟੈਸਟ ਹੋ ਗਿਆ ਸੀ ਜੀ, ਮੈਡੀਕਲ ਹੋ ਗਿਆ, ਕੋਈ ਆਪਾਂ ਰਿਪੋਰਟਾਂ ਤਾਂ ਨਹੀਂ ਨਾਲ ਲਾਈਆਂ? ਇਕੱਲੇ ਡਾਕੂਮੈਂਟ, ਮੈਡੀਕਲ ਡਾਕੂਮੈਂਟ ਹੀ ਨਾਲ ਲੱਗੇ? ਹਾਂਜੀ, ਬਸ ਉਹ ਹੀ ਲਾਇਆ। ਠੀਕ ਹੈ, ਸੋ ਮੈਡੀਕਲ ਵੀ ਹੋ ਗਿਆ, ITR 2 ਸਾਲਾਂ ਦੀਆਂ ਹੋ ਗਈਆਂ, ਜਿਨ੍ਹਾਂ ਕੋਲ ਬਿਜ਼ਨਸ ਹੈ ਉਹ MSME ਦਾ ਡਾਕੂਮੈਂਟ ਹੋ ਗਿਆ, ਵਿਦਆਊਟ ਆਈਲੈਂਡਸ ਤੁਸੀਂ ਅਪਲਾਈ ਕਰ ਸਕਦੇ ਹੋ, ਗੈਪ ਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ, ਈਵਨ ਕਿ ਪਰਸੈਂਟੇਜ ਦੀ ਵੀ ਕੋਈ ਦਿੱਕਤ ਨਹੀਂ। ਇਸ ਦੇ ਨਾਲ ਨਾਲ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹੁੰਦਾ, ਜਿਹੜੇ ਕੈਂਡੀਡੇਟ ਕਹਿੰਦੇ ਨੇ ਜੀ ਉੱਥੇ ਜਾ ਕੇ ਅਸੀਂ ਵਰਕ ਪਰਮਿਟ ਕਰਵਾਉਣਾ, ਕਿਉਂਕਿ ਦੇਖੋ ਹਰ ਇੱਕ ਕੈਂਡੀਡੇਟ ਦਾ ਮੋਟਿਵ ਹੈ ਕਿ ਇੱਕ ਵਾਰੀ ਮੈਂ ਕੋਰੀਆ ਚਲਾ ਜਾਵਾਂ, ਉੱਥੇ ਜਾ ਕੇ ਬਸ ਮੈਂ ਜੀਵਨ ਕਾਰਡ ਅਪਲਾਈ ਕਰਾ ਦਾਂ ਜਾਂ ਮੈਂ ਉਹ ਕਰਦਾ। ਇਸ ਚੀਜ਼ ਬਾਰੇ ਜੋ ਤੁਸੀਂ ਸਾਡੇ ਕੋਲ ਵਿਜ਼ਿਟ ਕਰੇ, ਮੈਂ ਤੁਹਾਨੂੰ ਆਈ ਥਿੰਕ ਪਹਿਲਾਂ ਹੀ ਕਿਹਾ ਸੀ ਸਰ ਵਰਕ ਪਰਮਿਟ ਆਪਾਂ ਇਸ 'ਤੇ ਕੁਛ ਨਹੀਂ ਕਰਨਾ, ਈਵਨ ਕਿ ਤੁਸੀਂ ਮੈਨੂੰ ਕਿਹਾ ਕਿ ਸਾਡਾ ਮੇਨ ਮੋਟਿਵ ਸਟੱਡੀ ਕਰਨਾ। ਸੋ ਇਹਨਾਂ ਕੈਂਡੀਡੇਟਸ ਨੂੰ ਜਿਹੜੇ ਕਹਿੰਦੇ ਨੇ ਕਿ ਸਾਨੂੰ ਵਰਕ ਪਰਮਿਟ ਕਰਵਾਉਣਾ ਚਾਹੀਦਾ, ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹ ਸਲਾਹ ਦੂੰਗਾ ਜੀ, ਜੇ ਕੋਈ ਬੱਚਾ ਜਿਹਨੇ ਸਟੱਡੀ 'ਤੇ ਜਾਣਾ ਹੈ ਤੇ ਸਟੱਡੀ ਤੇ ਜਾ ਕੇ ਔਰ ਸਟੱਡੀ ਕਰੀ ਜਾ ਕੇ ਆਪਣੀ, ਕਿਉਂਕਿ ਸਟੱਡੀ ਦੇ ਵਿੱਚ ਫਿਊਚਰ ਬੱਚੇ ਦਾ ਹੈਗਾ। ਜੇ ਉੱਥੇ ਜਾ ਕੇ ਤੁਸੀਂ ਮਤਲਬ ਕਿ ਜੀਵਨ ਵੀਜ਼ਾ ਲੈ ਲੈਂਦੇ, ਉੱਥੇ ਜਾ ਕੇ ਵਰਕ ਪਰਮਿਟ ਲੈ ਲੈਂਦੇ ਹੋ, 2-3 ਸਾਲ ਕੰਮ ਤਾਂ ਕਰ ਸਕਦੇ ਹਾਂ ਪਰ ਆਪਣਾ ਫਿਊਚਰ ਹੀ ਨਹੀਂ ਉੱਥੇ, ਪਰ ਤੁਹਾਨੂੰ ਤਾਂ ਵਾਪਸ ਆਉਣਾ ਹੀ ਪੈਣਾ ਅਤੇ ਫਿਰ ਦੁਬਾਰਾ ਵੀਜ਼ਾ ਨਹੀਂ ਲੱਗ ਸਕਦਾ। ਜੇ ਸਟੱਡੀ ਬੇਸ 'ਤੇ ਜਾਵਾਂਗੇ ਜਾਂ ਬਿਜ਼ਨਸ ਵੀਜ਼ਾ ਲੈ ਕੇ ਜਾਵਾਂਗੇ ਫਿਰ ਆਪਣਾ ਉੱਥੇ ਬੱਚੇ ਦਾ ਵੀ ਫਿਊਚਰ ਬਣ ਸਕਦਾ ਹੈ, ਅਤੇ ਹਰ ਇੱਕ ਜਿਵੇਂ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਉਹ ਸਰਕਾਰ ਦਿੰਦੀ ਹੈ ਫਿਰ ਆਪਾਂ। ਠੀਕ ਹੈ ਜੀ, ਤੇ ਜਦੋਂ ਆਪਣੀ ਫਾਈਲ ਅੰਬੈਸੀ ਵਿੱਚ ਲੱਗੀ ਸੀ
मान लो फॉर एग्जाम्पल तौर पर अपनी फाइल लग गई थी 15 जुलाई एग्जाम्पल तौर पर किन्ने टाइम बाद अपना रिजल्ट आ गया ਇਹ ਛੁੱਟੀਆਂ ਵਿੱਚ ਪਾ ਕੇ 12 ਦਿਨਾਂ ਚ ਆ ਗਿਆ ਸੀਗਾ ਜੀ ਛੁੱਟੀਆਂ ਅੱਛਾ ਛੁੱਟੀਆਂ 12 ਦਿਨ ਦੇ ਵਿੱਚ ਛੁੱਟੀਆਂ ਕੱਢਦੀ ਤਾਂ 8 ਦਿਨਾਂ ਚ ਵੀਜ਼ਾ ਆ ਗਿਆ ਸੀ 8 ਦਿਨ ਦੇ ਵਿੱਚ ਤੁਹਾਡਾ ਮਤਲਬ ਕਿ ਹਾਂਜੀ ਜਿਹੜਾ ਵੀਜ਼ਾ ਆ ਗਿਆ ਸੀ ਹਾਂਜੀ ਸੈਚਰਡੇ ਸੰਡੇ ਛੱਡ ਕੇ ਠੀਕ ਹੈ ਤੇ 8 ਦਿਨ ਦੇ ਵਿੱਚ ਵੀਜ਼ਾ ਆ ਗਿਆ ਸੀ ਹੁਣ ਜਿਹੜੀ ਤੁਹਾਡੀ ਕਲਾਸ ਹੈ ਅਨਟੇਕ ਕਿਹੜਾ ਤੁਹਾਡਾ ਅਨਟੇਕ ਸਤੰਬਰ ਅਨਟੇਕ ਤੇ ਇੱਕ ਦੱਸਾਂ ਮੈਂ ਸਾਊਥ ਕੋਰੀਆ ਦੇ ਵਿੱਚ 4 ਅਨਟੇਕ ਹੁੰਦੇ ਆ ਤੁਸੀਂ 4 ਅਨਟੇਕ ਦੇ ਵਿੱਚ ਇੱਕ ਸਾਲ ਦੇ ਵਿੱਚ ਅਪਲਾਈ ਕਰ ਸਕਦੇ ਹੋ ਤੁਹਾਨੂੰ ਪਤਾ ਤੁਹਾਡੀ ਕਲਾਸਾਂ ਕਦੋਂ ਸਟਾਰਟ ਹੈ ਹਾਂਜੀ 1 ਸਤੰਬਰ ਤੋਂ 1 ਸਤੰਬਰ ਤੋਂ ਤੇ ਹੁਣ ਇਸ ਟਾਈਮ ਨੀਅਰ ਅਬਾਊਟ ਕਿੰਨਾ ਟਾਈਮ ਪਿਆ ਹੈ 1 ਮਹੀਨਾ ਤੋਂ ਪਿਆ ਹੋਊਗਾ ਨੀਅਰ ਅਬਾਊਟ ਹਾਂਜੀ ਹਾਂਜੀ ਤੇ ਮੈਂ ਬਿਲ ਕਰਾ ਦਿੱਤਾ ਤੇ ਤੁਸੀਂ ਆਪਣੀ ਫਲਾਈਟ ਕਦੋਂ ਦੀ ਬੁੱਕ ਕਰਾਈ ਹੈਗੀ ਅਸੀਂ ਥੋੜਾ ਜਿਹਾ ਬੁੱਕ ਕਰਾਈ ਹੈ 17-18 ਤਰੀਕ ਦੀ ਠੀਕ ਹੈ 17-18 ਤਰੀਕ ਦੀ ਬੁੱਕ ਕਰਵਾਈ ਹੈ ਮਤਲਬ ਕਿ ਤੁਸੀਂ ਨੀਅਰ ਅਬਾਊਟ ਹਫ਼ਤਾ ਜਾਂ 10 ਦਿਨ ਪਹਿਲਾਂ ਜਾ ਸਕਦੇ ਹੋ ਹਾਂਜੀ ਹਾਂਜੀ 10-12 ਦਿਨ ਪਹਿਲਾਂ ਤੁਸੀਂ ਜਾ ਸਕਦੇ ਹੋ ਠੀਕ ਹੈ ਹੋਰ ਇਸ ਦੇ ਨਾਲ ਨਾਲ ਜਿਹੜੇ ਕੈਂਡੀਡੇਟ ਦਾ ਵੀਜ਼ਾ ਆਇਆ ਉੱਥੇ ਜਾ ਕੇ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਡੋਰਮੈਟਰੀ ਨੂੰ ਮੇਲ ਕੀਤੀ ਹੈ ਜਿਹੜਾ ਵੀ ਉਹਨਾਂ ਦਾ ਰਿਪਲਾਈ ਆਊਗਾ ਜੋ ਆਊਗਾ ਉਹ ਉੱਥੇ ਜਾ ਕੇ ਰਹਿਣਾ ਠੀਕ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਦਿੱਕਤ ਨਹੀਂ ਹੈਗੀ ਇੱਕੋ ਹੀ ਬੇਨਤੀ ਮੈਂ ਕਰਨਾ ਚਾਹੁੰਦਾ ਹਾਂ ਜੀ ਜਿਹਨਾਂ ਬੱਚਿਆਂ ਨੇ ਜਾਣਾ ਬੱਚੇ ਨੂੰ ਹਜੇ ਘੱਟ ਪਤਾ ਹੁੰਦਾ ਕਿਉਂਕਿ ਬੱਚੇ ਛੋਟੀ ਉਮਰ ਦੇ ਹੁੰਦੇ ਆ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਜ਼ਿਆਦਾ ਪਤਾ ਹੁੰਦਾ ਤੇ ਮਾਤਾ ਪਿਤਾ ਨੂੰ ਉਮਰ ਹੰਢਾਈ ਹੁੰਦੀ ਹੈ ਤੇ ਬੱਚੇ ਨੂੰ ਆਪਾਂ ਸੇਫ ਭੇਜਣਾ ਹੁੰਦਾ ਕਿਉਂਕਿ ਜਿਹਨੂੰ 15-20 ਸਾਲ ਆਪਾਂ ਪਾਲਿਆ ਉਹਨੂੰ ਸੇਫ ਥਾਂ 'ਤੇ ਭੇਜਣਾ ਆਪਣਾ ਫਰਜ਼ ਬਣਦਾ ਇਸ ਲਈ ਜਿਹੜੀ ਏਜੰਟ ਦੀ ਚੋਣ ਹੁੰਦੀ ਹੈ ਬੜੀ ਸੋਚ ਸਮਝ ਕੇ ਆਪਾਂ ਨੂੰ ਕਰਨੀ ਪੈਂਦੀ ਹੈ ਅਤੇ ਮੈਂ ਇਹੀ ਸਾਰੇ ਮੇਰੇ ਵੀਰਾਂ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇੱਕ ਵਾਰ ਇਮੀਗ੍ਰੇਸ਼ਨ 'ਤੇ ਜ਼ਰੂਰ ਆਓ ਇਹਨਾਂ ਦਾ ਐਡਰੈਸ ਦਿੱਤਾ ਹੋਇਆ ਐਡ ਦੀ ਜੋ ਇਹਨਾਂ ਦੀ ਬਣ ਰਹੀ ਹੈ ਐਡ ਅਤੇ ਭਾਈ ਹਰਜਿੰਦਰ ਸਿੰਘ ਇਹਨਾਂ ਦਾ ਨਾਮ ਹੈ ਇਹਨਾਂ ਧਰਮ ਪਤਨੀ ਬੀਬੀ ਵੀਰਪਾਲ ਕੌਰ ਇਹਨਾਂ ਕੋਲ ਜ਼ਰੂਰ ਇੱਕ ਵਾਰ ਵਿਜਿਟ ਕਰੋ ਤੁਹਾਨੂੰ ਆਪਣੇ ਆਪ ਤਸੱਲੀ ਹੋ ਜਾਣੀ ਤੁਹਾਨੂੰ ਦੂਜੇ ਕੋਈ ਜਾਣ ਦੀ ਲੋੜ ਨਹੀਂ ਪੈਣੀ ਇਹੀ ਮੈਂ ਬੇਨਤੀ ਕਰਨਾ ਚਾਹੁੰਦਾ ਬਾਕੀ ਮੈਨੂੰ ਬਹੁਤ ਚੰਗਾ ਲੱਗਿਆ ਜੀ ਵੀ ਮੈਨੂੰ ਮੇਰੇ ਬੱਚੇ ਦਾ ਵੀਜ਼ਾ ਆ ਗਿਆ ਸੌਖੇ ਤਰੀਕੇ ਨਾਲ ਘਰ ਬੈਠੇ ਸਾਨੂੰ ਆ ਗਿਆ ਅਤੇ ਸਾਨੂੰ ਪੂਰੀ ਖੁਸ਼ੀ ਇਸ ਗੱਲ ਦੀ ਇਸ ਲਈ ਅਸੀਂ ਅਕਾਲ ਬੋਧ ਦਾ ਧੰਨਵਾਦ ਕਰਦੇ ਹਾਂ ਅਤੇ ਭਾਜੀ ਹਰਜਿੰਦਰ ਸਿੰਘ ਦੇ ਨਾਲ ਸਟਾਫ ਦਾ ਧੰਨਵਾਦ ਕਰਦੇ ਠੀਕ ਹੈ ਧੰਨਵਾਦ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ